ਦਰਗਾਹ ਸ਼੍ਰੀ ਖਵਾਜਾ ਗਰੀਬ ਨਿਵਾਜ ਜੀ ਦਾ ਮੇਲਾ 12 ਮਾਰਚ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਸੋਹਲ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦਰਗਾਹ ਵਿੱਚ ਮੱਥਾ ਟੇਕਣ ਆ ਰਹੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਮੇਲੇ ਵਿੱਚ ਗੁਰੂ ਕੇ ਲੰਗਰ ਅਤੂਟ ਵਰਤਾਏ ਜਾਣ। 12 ਤਰੀਕ ਨੂੰ ਸ੍ਰੀ ਭੋਲੇਨਾਥ ਦਾ ਸ਼ਿਵ ਦਾ ਵਿਆਹ ਹੈ। 9 ਵਜੇ ਤੋਂ ਲੈ ਕੇ 12 ਵਜੇ ਤੱਕ ਸ਼ਿਵ ਦੀ ਆਰਤੀ ਉਤਾਰੀ ਜਾਣੀ ਹੈ, ਨਾਲੇ ਉਹਨਾਂ ਦੀ ਮੈਰਿਜ ਹੈ ਉਹ ਕਰਨੀ ਹੈ, ਫਿਰ ਅਸੀਂ ਲੰਗਰ ਲੱਗੇਗਾ, ਫਿਰ ਉਸ ਤੋਂ ਬਾਅਦ ਪੀਰਾਂ ਦੇ ਕਵਾਲ ਬੈਠਣੇ, ਖਾਜਾ ਗਰੀਬ ਦਾ ਗੁਣਗਾਨ ਕੀਤਾ ਜਾਏਗਾ ਔਰ ਸੰਗਤਾਂ ਨੂੰ ਉਸ ਦਾ ਸ਼ਬਦ ਗਾ ਕੇ ਨਿਹਾਲ ਕੀਤਾ ਜਾਏਗਾ। ਤੋ ਔਰ ਲੰਗਰ ਵਰਤਣਗੇ ਸਤਿਗੁਰੂ, ਐਸੀ ਮਿਹਰ ਹੋਏਗੀ, ਬਹੁਤ ਜ਼ਿਆਦਾ ਲੰਗਰ ਵਰਤੇਗਾ। ਸਾਰੀ ਦਿਹਾੜੀ ਲੰਗਰ ਚੱਲਣਾ, ਸਵੇਰ ਤੋਂ 7 ਵਜੇ ਤੋਂ ਲੈ ਕੇ ਸ਼ਾਮੀ 8-10 ਵਜੇ ਤੱਕ ਲੰਗਰ ਚੱਲੇਗਾ। ਸੰਗਤ ਨੂੰ ਬੜੀ ਗਿਣਤੀ ਤੱਕ ਆ ਕੇ ਮਾਣ ਮਾਨਣਾ ਚਾਹੀਦਾ, ਪਰਮਾਤਮਾ ਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਦਾ ਸੰਗਤਾਂ ਦਰਸ਼ਨ ਕਰਨੇ ਚਾਹੀਦੇ, ਸੰਗਤਾਂ ਦੇ ਆ ਕੇ ਦਰਸ਼ਨ। ਆਪਣਾ ਹੈਡ ਮਾਰਕੀਟ ਵਰਿਆਮ ਸਿੰਘ ਹੋਸਪਿਟਲ ਦੇ ਲਾਗੇ ਬਿਲਕੁਲ ਇਸ ਖਾਜਾ ਗਰੀਬ ਨਿਵਾਜ ਦੀ ਦਰਗਾਹ 'ਤੇ ਸੱਦਾ ਦਿੱਤਾ ਜਾ ਰਿਹਾ ਵੀ ਆਪ ਧੁੰਮ ਧਾਮ ਆ ਕੇ ਇਸ ਜਗ੍ਹਾ 'ਤੇ ਪਹੁੰਚੋ, ਔਰ ਪੀਰਾਂ ਦਾ ਮੇਲਾ ਹੈ ਔਰ ਸ਼ਿਵ ਵਿਆਹ ਹੈ, ਉਹਦੇ 'ਚ ਆ ਕੇ ਹਾਜ਼ਰੀ